ਮਾਂ ਸਾਹਿਬ ਅਕਾਲੀ ਦਲ ਅੱਜ ਸੜਕਾਂ ਦੇ ਉੱਤੇ ਧਰਨੇ ਦੇ ਰਿਹਾ ਅਕਾਲੀ ਦਲ ਵਾਲੇ ਤੇਲ ਦੀਆਂ ਕੀਮਤਾਂ ਦੇ ਵਿਰੁੱਧ ਉੱਤਰੇ ਨੇ ਤੇ ਤੇਲ ਦੀਆਂ ਕੀਮਤਾਂ ਬਣਾਉਂਦਾ ਮੋਦੀ ਹੈ ਅਕਾਲੀ ਦਲ ਜਿਹੜਾ ਉਹ ਸੈਂਟਰ ਦੇ ਆਰਡੀਨੈਂਸ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੀ ਸਪੋਰਟ ਕਰਦਾ ਠੀਕ ਹੈ ਜੀ ਸੋ ਅਕਾਲੀ ਦਲ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਅਸੀਂ ਕਿਹੜੇ ਮੁੱਦੇ ਤੇ ਧਰਨਾ ਦਈਏ ਕਿਹੜੇ ਮੁੱਦੇ ਤੇ ਲੋਕਾਂ ਤੋਂ ਅਸੀਂ ਮਾਫੀ ਮੰਗੀਏ ਠੀਕ ਹੈ ਨਾ ਅਕਾਲੀ ਦਲ 'ਚ ਇੱਕ ਹੋਰ ਅਕਾਲੀ ਦਲ ਨਿਕਲਣ ਲੱਗਿਆ ਹੁਣ ਠੀਕ ਹੈ ਢੀਂਗਸਾ ਸਾਹਿਬ ਉਹਦੀ ਨਵੀਂ ਪਾਰਟੀ ਬਣਾ ਰਹੇ ਨੇ ਇਹ ਜਿਹੜਾ ਸੁਖਬੀਰ ਬਾਦਲ ਸਾਨੂੰ ਕਹਿੰਦਾ ਸੀ ਨਾ ਝਾੜੂ ਤੀਲਾ ਤੀਲਾ ਹੋ ਗਿਆ ਝਾੜੂ ਤਾਂ ਬਿਲਕੁਲ ਸਹੀ ਹੈ ਉਹ ਆਪਣੀ ਤੱਕੜੀ ਦੀਆਂ ਰੱਸੀਆਂ ਬਚਾ ਲਿਆ ਠੀਕ ਹੈ ਨਾ ਸੋ ਅਕਾਲੀ ਦਲ ਆਪਣੀ ਜ਼ਮੀਨ ਜਿਹੜੀ ਹੈ ਖੋ ਚੁੱਕਿਆ ਹੁਣ ਤਾਂ ਛੋਟੇ ਛੋਟੇ ਲੀਡਰਾਂ ਨੂੰ ਵੀ ਛੋਟੇ ਛੋਟੇ ਵਰਕਰਾਂ ਨੂੰ ਵੀ ਜੁਆਇਨ ਕਰਾਉਣ ਵਾਸਤੇ ਸੁਖਬੀਰ ਬਾਦਲ ਘਰ ਘਰ ਤੁਰਿਆ ਫਿਰਦਾ ਹੁਣ ਤਾਂ ਅਕਾਲੀ ਦਲ ਪ੍ਰਾਈਵੇਟ ਲਿਮਿਟਡ ਕੰਪਨੀ ਇੱਕ ਪਰਿਵਾਰ ਹੀ ਉਹਦੇ 'ਚ ਰਹਿ ਜੂਗਾ ਹੋਰ ਕੋਈ ਪੰਜਾਬ ਨੂੰ ਪਿਆਰ ਕਰਨ ਵਾਲਾ ਜਾਂ ਪੰਜਾਬ ਨਾਲ ਹਮਦਰਦੀ ਰੱਖਣ ਵਾਲਾ ਕੋਈ ਵੀ ਬੰਦਾ ਅਕਾਲੀ ਦਲ 'ਚ ਨਹੀਂ ਜਾਣਾ ਚਾਹੁੰਦਾ ਘੀਂਡ ਸਾਹਿਬ ਪਹਿਲਾਂ ਅਕਾਲੀ ਦਲ 'ਚ ਗਿਆ ਹੁਣ ਟਕਸਾਲੀ 'ਚ ਹੁਣ ਨਵੀਂ ਪਾਰਟੀਆਂ 'ਚ ਮੈਂ ਆਪਣੀ ਨਵੀਂ ਪਾਰਟੀ ਬਣਾਊਂਗਾ ਮੈਂ ਇਹ ਤਾਂ ਉਹਨਾਂ ਦੀ ਦੇਖੋ ਕਿਸੇ ਨੂੰ ਬੰਦੇ ਨੂੰ ਹੱਕ ਹੈ ਕਿ ਉਹ ਪਾਰਟੀ ਬਣਾ ਸਕਦਾ ਆਪਣਾ ਰਾਜਨੀਤਿਕ ਫੈਸਲਾ ਲੈਣ ਦਾ ਹੱਕ ਹੈ ਪਰ ਹਾਂ ਇੰਨਾ ਕੁ ਪਤਾ ਲੱਗ ਗਿਆ ਕਿ ਉਹੀ ਅਕਾਲੀ ਦਲ ਜਿਹੜਾ ਕਹਿੰਦਾ ਸੀਗਾ ਕਿ ਅਸੀਂ ਪੰਜਾਬ ਦੀ ਮਾਂ ਪਾਰਟੀ ਹਾਂ ਅਸੀਂ ਹਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ 1920 'ਚ ਅਕਾਲੀ ਦਲ ਸ਼ੁਰੂ 2019 'ਚ ਖਤਮ ਸੋ 2019 'ਚ ਖਾਤਮਾ ਸ਼ੁਰੂ ਹੋ ਗਿਆ ਸੀਗਾ ਬਸ 2-4 ਮਹੀਨਿਆਂ ਬਾਅਦ ਅਕਾਲੀ ਦਲ ਦੇ ਨਾਲ ਸੀ ਲੱਗ ਜੂ ਵੀ ਇੱਕ ਹੁੰਦਾ ਸੀ ਅਕਾਲੀ ਦਲ।